ਜਦੋਂ ਇਹ ਉਲਟਾ ਚਰਖਾ ਚਲਾ ਚਲਾ ਕੇ ਉਲਟਾ ਜੀਵਨ ਬਤੀਤ ਕਰਕੇ ਅਸੀਂ ਆਪਣਾ ਫੇਰ ਬਦਲ ਕਰ ਲਿਆ, ਪਰਸਨੈਲਿਟੀ ਬਦਲ ਕਰ ਬਦਲੀ ਗਈ, ਆਪਣਾ ਫੇਰ ਬਦਲ ਕਰ ਲਿਆ, ਸਭ ਕੁਛ ਰੋਂਗ ਸਾਈਡ ਕੀਤਾ ਹੋਇਆ ਹੈ, ਤਾਂ ਸਾਨੂੰ ਕੋਈ ਕਿਵੇਂ ਬਦਲੀ ਹੋਏਗਾ? ਇਹਨੂੰ ਬਦਲੀ ਕਰਨ ਵਾਸਤੇ ਇਹ ਕੋਈ ਰਾਹ ਕਿ ਸਾਡੇ ਅੰਦਰ ਡਿਸਕ੍ਰਿਮੀਨੇਟਿੰਗ ਪਾਵਰ ਹੋਣੀ ਚਾਹੀਦੀ ਹੈ? ਉਹ ਕੌਣ ਦੱਸੇ ਸਾਨੂੰ ਬਈ ਤੂੰ ਰੋਂਗ ਹੈ? ਆਪਣੇ ਆਪ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਆਈ ਐਮ ਰੋਂਗ, ਬਲਕਿ ਉਹ ਆਪਣੇ ਰੋਂਗ ਨੂੰ ਵੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਕਿ ਆਈ ਐਮ ਰਾਈਟ। ਬਾਕੀ ਸਾਰੇ ਖਾਮ ਖਾ ਡਿਸਕਸ਼ਨ ਪੈਂਦੇ, ਆਈ ਐਮ ਰਾਈਟ, ਬਾਕੀ ਸਭ ਰੋਂਗ ਹੈ। ਔਰ ਝਗੜੇ ਦੁਨੀਆਂ ਤੇ ਕਦੇ ਪੈਂਦੇ ਹੈ, ਝੂਠ ਨੂੰ ਵੀ ਸੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਔਰ ਇਹ ਗੁਰਦੁਆਰੇ ਸੱਚ ਵਾਸਤੇ ਬਣੇ ਹੈ, ਗੁਰਬਾਣੀ ਸੱਚ ਹੈ, ਉੱਥੇ ਝਗੜੇ ਕਿਉਂ ਹੁੰਦੇ ਹੈ? ਹਾਂ ਵਿੱਚ ਸੱਚਿਆਰ, ਹਾਂ ਵਿੱਚ ਕੂੜਿਆਰ, ਹਾਂ ਵਿੱਚ ਜਿਹੜਾ ਸੱਚ ਕਹਿੰਦਾ ਕਿ ਮੈਂ, ਹਾਂ ਵਿੱਚ ਕਹਿੰਦਾ ਮੈਂ ਸੱਚਾ, ਤੂੰ ਕਹਿ ਮੈਂ ਸੱਚਾ, ਦੋਹਾਂ ਦਾ ਝਗੜਾ ਹੋ ਗਿਆ। Somebody is wrong somewhere, ਨਹੀਂ ਤਾਂ you must agree, ਜਿੱਥੇ ਸੱਚ ਹੈਗਾ you must agree, ਉੱਥੇ there is somewhere difference ਹੈ, ਕਿਉਂ ਹੋਇਆ? ਇਸ ਕਰਕੇ ਕਿੱਥੇ ਕੂੜ ਹੈਗਾ। ਜਦੋਂ ਸਾਡਾ ਸੋਰਸ ਜਿਹੜੀ ਸਾਡੀ ਗੁਰਬਾਣੀ ਹੈ, ਸਾਡੀ ਸੋਰਸ ਸਾਨੂੰ ਡਿਸਕ੍ਰਿਮੀਨੇਟਿੰਗ ਪਾਵਰ ਦੇਣ ਵਾਲੀ, ਸਾਨੂੰ ਸਮਝਾਉਣ ਵਾਲੀ ਹੈ, ਇਹ ਗੁਰਦੁਆਰੇ ਸਾਨੂੰ ਸਮਝਾਉਣ ਵਾਸਤੇ ਹੈ ਕਿ ਤੁਹਾਡਾ ਰਾਹ ਆ ਹੈਗਾ, ਆ ਗਲਤ ਹੈ, ਆ ਸਹੀ ਹੈ, ਐਂ ਡਿਵਾਈਡਿੰਗ ਲਾਈਨ ਹੈ ਉੱਥੇ, ਇਸ ਡਾਊਟ ਵਾਸਤੇ ਨਹੀਂ। ਜਾਂ ਜਿਹਨਾਂ ਨੇ ਗੁਰਬਾਣੀ ਕਮਾਈ ਹੈ ਉਹ ਤੁਹਾਨੂੰ ਦੱਸ ਸਕਦੇ ਭਾਈ ਆਹ ਗਲਤ ਰਸਤਾ ਹੈ, ਆ ਚੰਗਾ ਹੈ, ਤੇ ਗੁਰਬਾਣੀ ਨੇ ਕੀ ਫੈਸਲਾ ਕੀਤਾ ਹੈ, ਧਿਆਨ ਕਰੋ। ਹੁਣ ਫਿਰ ਮੈਂ ਉੱਥੇ ਆਪਣੇ ਪੁਆਇੰਟ ਤੇ ਆਉਂਦਾ, ਗੁਰਬਾਣੀ ਅਨੁਸਾਰ ਇਹ ਡਿਸਕ੍ਰਿਮੀਨੇਟਿੰਗ ਪਾਵਰ, ਰਾਈਟ ਐਂਡ ਰੋਂਗ ਨੂੰ ਪਹਿਚਾਨਣ ਲਈ, ਵਿਵੇਕ ਬੁੱਧੀ ਲਈ, ਵਿਵੇਕ ਮਤ ਲਈ ਇੱਕੋ ਰਸਤਾ ਦੱਸਿਆ ਹੈ, ਉਹ ਹੈ ਸਾਧ ਸੰਗਤ। ਬਾਣੀ ਤਾਂ ਦੱਸਦੀ ਹੈ, ਪਰ ਬਾਣੀ ਤਾਂ ਉੱਪਰੀ ਨਹੀਂ ਜਾਂਦੇ ਸੀ, ਬਾਣੀ ਤਾਂ ਤੁਕ ਤੁਕ ਦੱਸਦੀ ਹੈ ਰਾਈਟ ਐਂਡ ਰੋਂਗ, ਪਰ ਬਾਣੀ ਇੰਨੀ ਉੱਚੀ ਹੈ ਸਾਡੀ ਸਾਡੀ ਪਕੜ ਹੇਠ ਨਹੀਂ ਆਉਂਦੀ, ਸਾਡੀ ਸਮਝ ਵਿੱਚ ਨਹੀਂ ਆਉਂਦੀ, ਬਹੁਤ ਉੱਚੀ, ਪਰ ਜਿੰਨੀ ਕੁ ਸਮਝ ਆ ਸਕਦੀ ਹੈ ਉਹਨੂੰ ਵੀ ਅਸੀਂ ਉੱਪਰੀ ਨੰਘ ਜਾਂਦੇ ਹਾਂ। ਇਸ ਕਰਕੇ ਗੁਰੂ ਸਾਹਿਬ ਨੇ, ਪਤਾ ਸੀ ਗੁਰੂ ਸਾਹਿਬ ਨੂੰ ਕਿ ਬਾਣੀ ਜਿਹੜੀ ਹੈ ਇਹ ਬਹੁਤ ਉੱਚੀ ਹੈ, ਹਰੇਕ ਦੀ ਪਕੜ ਤੋਂ ਸਮਝ ਤੋਂ ਪਰੇ ਦੀ ਗੱਲ ਹੈ। ਗੁਰੂ ਸਾਹਿਬ ਨੇ ਇਸੇ ਕਰਕੇ ਮੇਰੇ ਸਾਥ ਸੰਗਤ ਕਰਕੇ ਪਹਿਲਾਂ ਸੰਗਤ ਦੀ ਇਤਨੀ ਵਡਿਆਈ ਕੀਤੀ ਹੈ, ਕਿਉਂਕਿ ਸੰਗਤ ਉਹਨਾਂ ਦੀ, ਯਾਦ ਰੱਖੋ ਜਿਹਨਾਂ ਨੇ ਵਿਵੇਕ ਬੁੱਧੀ ਹਾਸਲ ਕੀਤੀ ਹੈ। ਵਿਵੇਕ ਬੁੱਧੀ ਦਾ ਮਤਲਬ ਡਿਸਕ੍ਰਿਮੀਨੇਟਿੰਗ ਪਾਵਰ, ਡਿਸਕ੍ਰਿਮੀਨੇਟਿੰਗ ਦਾ ਪਾਵਰ ਦਾ ਮਤਲਬ ਇਹ ਕਿ ਜਿਹੜੀ ਚੰਗੀ ਮਾੜੀ ਨੂੰ ਪਹਿਚਾਣ ਕਰ ਸਕੇ, ਵਿਚ ਇਜ਼ ਰਾਈਟ ਵਿਚ ਇਜ਼ ਰੋਂਗ। ਹੁਣ ਸਾਰੀ ਗੱਲ ਤਾਂ ਇਹ ਹੈ ਕਿ ਸਾਨੂੰ ਪਹਿਚਾਣ ਨਾ ਹੋਣ ਕਰਕੇ ਅਸੀਂ ਰੋਂਗ ਸਾਈਡ ਤੁਰੇ ਜਾ ਰਹੇ ਹਾਂ, ਸਾਰੀ ਉਮਰ ਚ ਤੌਲੇ ਆ ਗਏ, ਸਾਰੀ ਉਮਰ ਰੋਂਗ ਸਾਈਡ ਤੁਰੇ ਜਾਂਦੇ ਹਾਂ। ਬਾਣੀ ਰਾਈਟ ਸਾਈਡ ਦੱਸਦੇ, ਬਾਣੀ ਵੱਲ ਅਸੀਂ ਜਾਣਾ ਹੀ ਨਹੀਂ, ਕਿਉਂਕਿ ਹਰੇਕ ਆਦਮੀ ਉਹ ਰੁਟੀਨ ਚ ਫਸਿਆ, ਆਪਣੇ ਗੁਰੂ ਵਿੱਚ ਰੁੜਿਆ ਜਾਂਦਾ ਰੁੜਿਆ ਜਾਂਦਾ। ਹਾਂਜੀ ਖਾ ਲਿਆ, ਸਵੇਰੇ ਸਵੇਰੇ ਉੱਠੇ, ਨਾਤੇ ਧੋਤੇ, ਰੋਟੀ ਖਾਧੀ, ਕੰਮ ਕੀਤਾ, ਬਸ ਰਾਤ ਨੂੰ ਸੁੱਤੇ ਰਹੇ, ਬਸ ਆਹ ਸਾਡੀ ਜ਼ਿੰਦਗੀ ਹੈ। ਸਾਨੂੰ ਇਹ ਨਹੀਂ ਪਤਾ ਕਿ ਕਾਹਦੇ ਵਾਸਤੇ
ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਟ ਕਫੜੇ ਤੇਰੀ ਮੁਕਦੀ ਜੱਲੀ ਰਹਿਣ। ਇਹ ਰੋਜ਼ ਉੱਥੇ ਗੁਰਬਾਣੀ ਦੱਸਦੀ ਹੈ, ਇਹਦੇ ਉੱਪਰ ਹੀ ਨਹੀਂ ਜਾਂਦੇ ਹੈ। ਘਰ ਘਰ ਪਾਠ ਹੋ ਰਹੇ ਹੈ, ਭੋਗ ਪੈ ਰਹੇ ਹੈ। ਨਵੀਂ ਪਾਤਸ਼ਾਹ ਦੀ ਬਾਣੀ ਬੜੀ ਵੈਰਾਗ ਦੀ ਹੈ, ਚਪੇੜਾ ਮਾਰਦੀ ਹੈ, ਮਗਰ ਸਾਡੇ ਕੰਨ ਵਿੱਚ ਨਹੀਂ ਪੈਂਦੀ। ਇਹਨੂੰ ਦਿਲਾਉਣ ਵਾਸਤੇ, ਇਹਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਸਾਧ ਸੰਗਤ ਰਚੀ ਹੈ। ਸੰਗਤ ਜਾਵਾਂਗੇ ਤੇ ਉੱਥੇ ਕੌਣ ਮਿਲੇਗਾ? ਇਹ ਬਾਣੀ ਨੂੰ ਕਮਾਉਣ ਵਾਲਾ ਕੋਈ ਮਿਲੂਗਾ? ਉਹ ਤੁਹਾਨੂੰ ਦੱਸੇਗਾ ਭਾਈ ਤੁਸੀਂ ਕੋਈ ਵੀ ਇਨਸਾਨ ਤਿਆਰ ਨਹੀਂ ਹੈ ਕਿ ਆਈ ਐਮ ਗੋਇੰਗ ਰੌਂਗ, ਨੋਬਡੀ ਆਰ ਗੋਇੰਗ ਟੂ ਐਡਮਿਟ। ਸਾਰੇ ਕਹਿੰਦੇ ਆਈ ਐਮ ਰਾਈਟ। ਉਹ ਹੋਰ ਤਾਂ ਹੋਰ ਘਰ ਦੇ ਚਾਰ ਜੀ ਹੈ, ਉਹ ਚਾਰੇ ਉਹ ਮੁੰਡਾ ਕਹਿੰਦਾ ਮੈਂ ਰਾਈਟ ਹੈ, ਕੁੜੀ ਕਹਿੰਦੀ ਮੈਂ ਰਾਈਟ ਹੈ, ਹਸਬੈਂਡ ਕਹਿੰਦਾ ਮੈਂ ਰਾਈਟ ਹੈ, ਤੇ ਤਦ ਇਸ ਘਰਾਂ ਦੇ ਵਿੱਚ ਝੇੜੇ ਪਏ ਹੋਏ ਆ। ਐਵਰੀਬਾਡੀ ਤਾਂ ਹੂ ਇਜ਼ ਰਾਈਟ, ਵੇਅਰ ਇਜ਼ ਦ ਰਾਈਟ? ਰਾਈਟ ਤਾਂ ਰਹਿ ਗਿਆ, ਰਹਿ ਨਾ, ਜਿੱਥੇ ਝਗੜਾ ਹੈ ਉੱਥੇ ਰਾਈਟ ਨਿਕਲ ਗਿਆ, ਉਹ ਤਾਂ ਬੇਦਾਵਾ ਕਰਦਾ, ਕੱਢ ਦਿੱਤਾ। ਇਸ ਕਰਕੇ ਰਾਈਟ ਅਸੀਂ ਕੈਰੈਕਟਰ ਬਣਾਉਣਾ ਹੈ, ਰਾਈਟ ਕੈਰੈਕਟਰ ਬਣਾਉਣਾ ਹੈ, ਤਾਂ ਕਿ ਜੇ ਸਾਡਾ ਰਾਈਟ ਕੈਰੈਕਟਰ ਨਹੀਂ ਹੋਏਗਾ, ਜੇ ਬਾਣੀ ਅਨੁਸਾਰ ਸਾਡਾ ਕੈਰੈਕਟਰ ਨਹੀਂ ਹੋਗਾ, ਉੱਚਾ ਆਤਮਕ ਕੈਰੈਕਟਰ ਨਹੀਂ ਹੋਗਾ, ਸਾਡਾ ਰੋਗ ਨਹੀਂ ਦੁਨੀਆਂ ਤੇ ਪੈ ਸਕਦਾ। ਪਰਸਨੈਲਿਟੀ ਨਹੀਂ ਬਣ ਸਕਦੀ। ਮੈਂ ਪਰਸਨੈਲਿਟੀ ਅੱਜ ਦਾ ਸਬਜੈਕਟ, ਸਾਡੀ ਪਰਸਨੈਲਿਟੀ ਕਾਹਦੀ ਹੈ? ਹਾਂ, ਸਾਡੀ ਪਰਸਨੈਲਿਟੀ ਹੈ ਰਾਡਰਲੈਸ ਪਾਇਲਟਲੈਸ ਸ਼ਿਪ। ਇੱਧਰ ਹਵਾਈ ਉਧਰ ਲੈ ਗਏ, ਉਧਰ ਹਵਾਈ ਇੱਕ ਦੂਜੇ ਟੱਕਰਾ, ਉੱਥੇ ਵਿੱਚ ਡੁੱਬਦੇ ਜਾਂਦੇ ਹਾਂ ਅਸੀਂ। ਸਾਡੀ ਕਿਸੇ ਦੀ ਪਰਸਨੈਲਿਟੀ ਹੈ ਨਹੀਂ। ਹਾਂ 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 ਦੀ ਪਰਸਨੈਲਿਟੀ ਹੈ, ਤੇ ਹਾਂ ਕੀ ਕਰਦੀ ਹੈ? ਟਕਰਾਉਂਦੀ ਹੈ, ਲੜਾਈ ਕਰਾਉਂਦੀ। ਉਹ ਕਾਹਦੀ ਪਰਸਨੈਲਿਟੀ? ਪਰਸਨੈਲਿਟੀ ਯਾਦ ਰੱਖੋ, ਪਰਸਨੈਲਿਟੀ ਹੋਊਗੀ ਜਦੋਂ ਵੀ। ਪਰਸਨੈਲਿਟੀ ਕਿਹਨੂੰ ਕਹੇ? ਚਾਹੇ ਰਾਈਟ ਹੈ ਚਾਹੇ ਰੋਂਗ ਹੈ। ਰੋਂਗ ਪਰਸਨੈਲਿਟੀ ਲੋਕਾਂ ਚ ਸਾਰੇ ਚ ਫਰਿਕਸ਼ਨ ਪਾ ਕੇ ਦੁਨੀਆਂ ਨੂੰ ਨਰਕ ਬਣਾਇਆ ਹੋਇਆ ਹੈ। ਇਸ ਵਕਤ ਦੁਨੀਆਂ ਨਰਕ ਬਣੀ ਹੈ, ਉਹ ਮਰੇ ਤੋਂ ਬਾਅਦ ਇਹਦਾ ਨਰਕ ਹੋਊਗਾ, ਦੇਖੀ ਜਾਓ, ਉਹ ਤਾਂ ਪਤਾ ਨੀ ਹੋਊਗਾ। ਪਰ ਇੱਥੇ ਹੀ ਨਰਕ ਬਣਾਇਆ ਆ ਦੁਨੀਆਂ ਰਹਿਣ ਦੇ ਲਾ, ਰੱਬ ਨੇ ਤਾਂ ਨੀ ਇਹ ਨਰਕ ਬਣਾਇਆ, ਕਾਹਨਾ ਬਣਿਆ? ਸਾਡੀ ਰੋਂਗ ਥਿੰਕਿੰਗ ਨਾ ਬਣਿਆ। ਔਰ ਬਾਹਰ ਤਾਂ ਹੋ ਪਾਸੇ ਘਰਾਂ ਚ ਨਰਕ ਬਣਿਆ ਹੋਇਆ, ਤੇ ਨਰਕ ਰੱਬ ਨੇ ਨੀ ਬਣਾਇਆ ਬਈ। ਰੱਬ ਨੇ ਤਾਂ ਬੜੀ ਸੋਹਣੀ ਦੁਨੀਆ ਬਣਾਈ ਹੈ, ਬੜੀ ਪਿਆਰੀ ਬਣਾਈ ਹੈ, ਅਸੀਂ ਆਪ ਬਣਾਇਆ ਨਰਕ ਕਾਹਦੇ ਨਾਲ? ਰੋਂਗ ਥਿੰਕਿੰਗ ਨਾਲ। ਪਰਸਨੈਲਿਟੀ ਫੇਰ ਆਈ ਉਸੇ ਸਬਜੈਕਟ, ਤੁਹਾਡੀ ਮਰਜ਼ੀ ਹੈ ਕਿ ਅਸੀਂ ਚੰਗੀ ਪਰਸਨੈਲਿਟੀ ਬਣਾ ਲਈਏ ਕਿ ਮਾੜੀ ਪਰਸਨੈਲਿਟੀ ਬਣਾ ਲਈਏ। ਜੇ ਮਾੜੀ ਬਣਾਵਾਂਗੇ ਤਾਂ ਦੁਨੀਆਂ ਤੇ ਫਰਿਕਸ਼ਨ, ਲੜਾਈਆਂ, ਝਗੜੇ, ਈਰਖਾ, ਦੁਆਇਕ, ਨਰਕ, ਘਰਾਂ ਚ ਨਰਕ ਮੈਂ ਦੇਖਦਾ। ਔਰ ਇਹ ਨਹੀਂ ਵੀ ਜਿੱਥੇ ਗਰੀਬੀ ਉੱਥੇ ਨਰਕ ਹੈ। ਮੈਂ ਕੈਨੇਡਾ 3 ਵਾਰੀ ਜਾਇਆ, ਉੱਥੇ ਮੈਂ ਲੋਕਾਂ ਦੀ ਕਰੀ ਐਸ਼ੋ ਇਸ਼ ਸਾਰਾ, ਚਾਰ ਚਾਰ ਪੰਜ ਪੰਜ ਹਜ਼ਾਰ ਬੱਜੇ ਸੋਹਣੇ ਬੰਗਲੇ, ਉੱਥੇ ਨਰਕ ਹੈ ਘਰਾਂ ਦੇ ਵਿੱਚ। ਸਾਰਿਆਂ ਦਾ ਕੈਰੈਕਟਰ ਕਿਸੇ ਦਾ ਨਹੀਂ ਹੈ। ਉੱਥੇ ਕਹਿੰਦੇ ਇਹਦੇ ਦੋ ਚੀਜ਼ਾਂ ਦਾ ਉੱਥੇ ਪਤਾ ਨਹੀਂ ਹੈ। ਦੇਰ ਇਜ਼ ਨੋ ਸਿਕਿਉਰਿਟੀ ਫੋਰ ਟੂ ਥਿੰਗਸ, ਇੱਕ ਮੈਰਿਜ ਦੀ ਕੋਈ ਸਿਕਿਉਰਿਟੀ ਹੈ ਨਹੀਂ, ਤੇ ਇੱਕ ਜੋਬ ਦੀ ਕੋਈ ਸਿਕਿਉਰਿਟੀ ਨਹੀਂ।
ਪਤਾ ਨੀ ਅੱਜ ਸਵੇਰ ਤੁਸੀਂ ਗਏ ਸ਼ਾਮ ਨੂੰ ਜਵਾਬ ਮਿਲ ਜਾਣਾ। ਇਹ ਖੁਦ ਪਤਾ ਨੀ ਕੰਮ ਤੇ ਗਏ ਵਾਪਸ ਆਉਂਦੇ ਘਰ ਬਾਈ ਹੈ ਕਿ ਨਹੀਂ। ਤੁਹਾਨੂੰ ਸਕਿਉਰਟੀ ਔਰ ਇੰਨੇ ਪੈਸੇ, ਇੰਨਾ ਐਸ਼ੋ ਇੰਨਾ ਕੁਛ, ਇੰਨਾ ਬਣਿਆ ਹੋਇਆ। ਸੋ ਇਹ ਕਿਹਨੇ ਬਣਾਇਆ? ਰੱਬ ਨੇ ਨੀ ਬਣਾਇਆ, ਰੱਬ ਨੇ ਤਾਂ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਇਹ ਤਾਂ ਨੱਕ ਅਸੀਂ ਬਣਾਇਆ ਹੋਇਆ ਹੈ। ਉਹ ਵੀ ਗੋਇੰਗ ਹੈਡ ਲੌਂਗ ਰੁੜੇ ਜਾ ਰਹੇ ਨਰਕ ਨੂੰ, ਨਰਕ ਰੁੜੇ ਨੀ ਰੱਖੇ ਵਸਦੇ ਪਏ। ਉਹ ਕਿਤੇ ਅੱਜ ਵੀ ਗੁਰਬਾਣੀ ਦੇ ਮਗਰ ਲੱਗੋ ਤੇ ਤੁਹਾਨੂੰ ਰੁੜੇ ਜਾਂਦੇ ਕਿ ਠੱਲ ਪੈ ਜਾਵੇ। ਤੇ ਰਾਈਟ ਥਿੰਕਿੰਗ ਕੋਈ ਦੱਸ, ਕਿਸੇ ਰਾਈਟ ਥਿੰਕਿੰਗ ਵਾਲੇ ਕੋਲ ਜਾਇਆ ਕਰੋ, ਕਿਸੇ ਸਤਸੰਗ ਚ ਜਾਇਆ ਕਰੋ, ਕਿਸੇ ਮਹਾਂਪੁਰਖ ਕੋ ਜਾਇਆ ਕਰੋ, ਉਹਦੀ ਰਾਈਟਿੰਗ ਪੜੋ, ਬਾਣੀ ਪੜੋ। ਜੇ ਨਹੀਂ ਸਮਝ ਆਉਂਦੀ, ਜਿਹਨਾਂ ਨੇ ਬਾਣੀ ਸਮਝ ਕੇ ਕਮਾਈ ਹੈ ਉਹਨਾਂ ਦੀ ਸੰਗਤ ਕਰੋ। ਤੁਹਾਨੂੰ ਪਤਾ ਲੱਗੇ ਕਿ ਉਹ ਵੀ ਅੱਗੋ ਲੌਂਗ ਔਰ ਹੈਡ ਲੌਂਗ ਅੰਨੇ ਵਾਹ ਰੁੜੇ ਜਾ ਰਹੇ ਹੈ। There is nothing good or bad. Thinking makes it so. ਅਗਰ ਨਰਕ ਬਣਾਇਆ ਤਾਂ ਅਸੀਂ ਆਪਣੀ ਰੋਂਗ ਥਿੰਕਿੰਗ ਨਾਲ ਬਣਾਇਆ, ਅਗਰ ਸਵਰਗ ਬਣਾਇਆ ਤਾਂ ਰੋਂਗ ਰਾਈਟ ਥਿੰਕਿੰਗ ਨਾਲ ਬਣਾਇਆ। ਔਰ ਪਰਸਨੈਲਿਟੀ, ਚਾਹੇ ਰੋਂਗ ਥਿੰਕਿੰਗ ਦੀ ਪਰਸਨੈਲਿਟੀ ਬਣਾਓ, ਰੋਂਗ ਥਿੰਕਿੰਗ ਤੁਹਾਨੂੰ ਸੋਸਾਇਟੀ ਕਿਸੇ ਨੇ ਤੁਸੀਂ ਸੋਸਾਇਟੀ ਚ ਬਦਨਾਮ ਹੋਵੋਗੇ, ਕੋਈ ਵੜ ਨਹੀਂ ਦਿੰਦਾ, ਤੁਹਾਨੂੰ ਬੁਲਾਏਗਾ ਹੀ ਨਹੀਂ ਕੋਈ, ਆਈਸੋਲੇਟਡ ਹੋ ਜਾਓਗੇ, ਰਿਸ਼ਤੇ ਨਾਲ ਕਿਸੇ ਨਾਲ ਨੀ ਬਣੇਗੀ, ਘਰਦਿਆਂ ਘਰ ਚ ਨੀ ਬਣੇਗੀ। ਮੈਂ ਉੱਥੇ ਇਹ ਜੇ ਦੇਖੇ ਹਸਬੈਂਡ ਵੀ ਕੰਮ ਕਰ ਰਿਹਾ, ਕਿੰਨੇ ਪੈਸੇ ਕਮਾਉਂਦਾ, ਵਾਈਫ ਵੀ ਮੁੰਡੇ ਵੀ ਕਰੇ, ਸਾਰਿਆਂ ਦੇ ਆਪੋ ਆਪਣੀ ਮੂੰਹਾਂ, ਪਰ ਉਹ ਇੱਕ ਦੂਸਰੇ ਨਾਲ ਗੱਲ ਕਰਕੇ ਨੀ ਰਾਜ਼ੀ ਘਰਾਂ ਦੇ ਵਿੱਚ। ਇਹ ਹਾਲਤ ਹੈ, ਇੱਥੇ ਵੀ ਇਹੋ ਹੀ ਹਾਲ ਹੈ। ਇਹ ਤਾਂ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਤੇ ਜੇ ਜਿਹੜੀ ਇਹਦੀ ਸੇਵਾ, ਰੱਬ ਦੀ ਸੇਵਾ ਕਰਨੀ ਕਿ ਇਹਦੀ ਸੇਵਾ ਕਰਨੀ ਹੈ, ਰੱਬ ਦੀ ਸੇਵਾ ਕਰਨੀ। ਨਾਓ ਕਮ, ਲੈਟਸ ਕਮ ਬੈਕ ਟੂ ਦ ਪੁਆਇੰਟ। ਪਰਸਨੈਲਿਟੀ ਬਣਾਉਣੀ, ਪਰਸਨੈਲਿਟੀ ਦਾ ਅਸਰ ਹੋਏਗਾ, ਚਾਹੇ ਉਹ ਸ਼ਰਾਬੀ ਹੈ, ਜਿਹੜਾ ਸ਼ਰਾਬੀ ਹੈ ਉਹਨੇ ਆਪਣੀ ਪਰਸਨੈਲਿਟੀ ਆਪਣੀ ਕੈਰੇਕਟਰ ਬਣਾ ਲਈ, ਜਿਹੜਾ ਉਹਦਾ ਕੋਈ ਨਾਂ ਲੈਂਦਾ ਜਾਣਦੇ ਯਾਰ ਉਹਦਾ ਕੀ ਨਾਂ ਲੈਣਾ ਹੈ। ਜੇ ਝੂਠ ਬੋਲਣ ਵਾਲਾ ਦਗੇਬਾਜ਼ ਹੈਗਾ ਜਾਣਦੇ ਉਹਦਾ ਨਾਂ, ਉਹਦਾ ਡੀ ਕਰਨ ਨੂੰ ਕੋਈ ਤਿਆਰ ਨਹੀਂ, ਉਹਨੂੰ ਕਲੱਬ ਚ ਕੋਈ ਵੜਨ ਨੂੰ ਨਹੀਂ ਦਿੰਦਾ, ਕੋਈ ਮੈਂਬਰ ਨਹੀਂ ਬਣਾਉਂਦਾ ਉਹਨੂੰ ਕਿਸੇ ਦਾ, ਆਪਣੇ ਆਪ ਆਈਸੋਲੇਟ ਹੋ ਜਾਂਦਾ ਹੈ। ਕਿਆ ਜ਼ਿੰਦਗੀ ਹੈ? ਸਾਡੀ ਹਾਲਤ ਇਹੀ ਹੈ, ਕਿਉਂਕਿ ਅਸੀਂ ਤਾਂ ਥੋੜਾ ਬਹੁਤਾ, ਕਿਉਂਕਿ ਉਹ ਆਵਾਜ਼ ਉੱਤੇ ਹੈ, ਉਹ ਸਾਰੇ ਸਾਡੇ ਵਰਗੇ ਹੀ ਹੈ ਨਾ, ਇਸੇ ਕਰਕੇ ਸਾਡਾ ਗੁਜ਼ਾਰਾ ਹੋਗਾ। ਟੁੱਕੀ ਤੇ ਕੌਣ ਟੁੱਕੀ, ਕਿਉਂ ਥਿੰਕਿੰਗ ਤੋਂ ਸ਼ੁਰੂ ਹੋਇਆ, ਥਿੰਕਿੰਗ ਤੋਂ ਆਈਡੀਆ ਬਣਿਆ, ਆਈਡੀਆ ਤੋਂ ਐਕਸ਼ਨ ਬਣਿਆ, ਐਕਸ਼ਨ ਕਰਦਿਆਂ ਕਰਦਿਆਂ ਹੈਬਿਟ ਬਣ ਗਿਆ, ਹੈਬਿਟ ਹੈਬਿਟ ਕਰਦਿਆਂ ਕਰਦਿਆਂ ਕੈਰੇਕਟਰ ਬਣ ਗਿਆ, ਕੈਰੇਕਟਰ ਬਣ ਗਿਆ ਤੇ ਆ ਮਸਤਕ ਤੇ ਲਿਖਿਆ ਗਿਆ ਤੇ ਮੱਥੇ ਨੂੰ ਹੱਥ ਮਾਰਦੇ ਹੈ, ਫਿਰ ਇੱਥੇ ਹਾਂ ਮੱਥੇ ਨੂੰ ਆਪਣੇ ਨੂੰ ਹੱਥ ਮਾਰੀਏ ਤਾਂ ਵੀ ਕੋਈ ਨੀ, ਫਿਰ ਰੱਬ ਨੂੰ ਦੋਸ਼ ਗਾਲਾਂ ਕੱਢਦੇ ਰੱਬ ਨੂੰ,
ਮੈਂ ਰੱਬ ਦਾ ਕੀ ਮਾਂ ਪੱਟ ਲੈ ਮੇਰਾ ਮੇਰੇ ਮੱਥੇ ਤੇ ਕਿਉਂ ਲਿਖ ਦਿੱਤਾ। ਇੱਕ ਹੋਰ ਗਲਤੀ ਕਰਦੇ ਅਸੀਂ, ਜੇ ਕਿਸੇ ਨੂੰ ਕਹੀਦਾ ਭਾਈ ਸਤਸੰਗ ਵਿੱਚ ਆਓ, ਬਾਣੀ ਪੜਿਆ ਕਰੋ ਜਾਂ ਗੁਰਦੁਆਰੇ ਜਾਇਆ ਕਰੋ, ਤੇ ਜਵਾਬ ਪਤਾ ਕੀ ਮਿਲੇ? ਅੱਛਾ ਜੀ ਉੱਥੇ ਲਿਖਿਆ ਹੈ ਮੇਰੇ ਭਾਗਾਂ ਸਤਸੰਗ ਲੱਭੇ, ਕਹਿੰਦੇ ਜਦੋਂ ਸਾਡੇ ਭਾਗਾਂ ਚ ਲਿਖੂਗਾ ਲਿਖਿਆ ਲਿਖੇਗਾ ਰੱਬ ਤਾਂ ਅਸੀਂ ਜਾਵਾਂਗੇ, ਅਜੇ ਨਹੀਂ ਲਿਖਿਆ। ਤੁਹਾਨੂੰ ਨੀ ਪਤਾ ਵੀ ਇਸ ਭਾਗੇ ਤੁਸੀਂ ਤਾਂ ਆਪ ਹੋਰ ਕੁਛ ਲਿਖਿਆ ਹੋਇਆ ਹੈ, ਇਹ ਜੋ ਕੁਛ ਆਪਾਂ ਕਮਾ ਰਹੇ ਹੈ ਇਹਦੇ ਨਾਲ ਤਾਂ ਜੇ ਸਾਡੇ ਪਿਛਲੇ ਭਾਗਾਂ ਵਿੱਚ ਮੋਹਰਾਂ ਲਿਖੀਆਂ ਹੋਈਆਂ ਉਹ ਨੇ ਕੋਲੇ ਬਣ ਜਾਣਾ, ਜੇ ਕੋਲੇ ਬਣੇ ਹੈ ਤਾਂ ਤੁਸੀਂ ਸਤਸੰਗ ਚ ਜਾਓ ਉਹ ਫਿਰ ਮੋਹਰਾਂ ਬਣ ਜਾਣਗੀਆਂ। ਕਿੱਥੋਂ ਕਿਉਂ ਕਿਉਂ ਕਥੋਂ ਵਿਸ਼ੇਸ਼ ਸਰਕਲ ਪੋਇਜ਼ਨਰ ਸਰਕਲ ਸਾਡੀ ਜ਼ਿੰਦਗੀ ਦਾ ਕਿਤੋਂ ਤੋੜਨਾ ਪਏਗਾ? ਯੂ ਹੈਵ ਟੂ ਬ੍ਰੇਕ ਇਟ ਸਮਵੇਅਰ ਟੂ ਚੇਂਜ, ਅਦਰਵਾਈਜ਼ ਦੈਟ ਵੀ ਨੋ ਚੇਂਜ। ਆਦਤਾਂ ਪਈਆਂ ਹੋਈਆਂ, ਆਦਤਾਂ ਪਈ ਗਰੂਪ ਬਣੀ, ਪਾਣੀ ਤਾਂ ਰੁੜਿਆ ਜਾਂਦਾ, ਅਸੀਂ ਬੰਮੀ ਪੈਂਦਾ ਹੈ ਜ਼ਮੀਨ ਦੇ ਉੱਤੇ, ਰੋੜ ਰੋੜ ਨਕਦੇ ਐਂ ਪਾਣੀ ਹੋ ਜਾਂਦਾ, ਐਂ ਹੋ ਜਾਂਦਾ, ਐਂ ਕਰਕੇ ਨਾਲ ਰੋੜਿਆ ਜਾਂਦਾ ਹੈ। ਉਹ ਸਾਡੀ ਇਹ ਹਾਲਤ ਹੈ, ਕਿਤੇ ਚੇਂਜ ਕਰਨਾ ਪਏਗਾ, ਕਿਤੇ ਮਿੱਟੀ ਦਾ ਕਹੀ ਲੈ ਕੇ ਮਿੱਟੀ ਪੱਟ ਕੇ ਮੋਹਰ ਚੇਪਾ ਮਾਰਨਾ ਪਏਗਾ। ਸਮਵੇਅਰ ਹੈਜ਼ ਟੂ ਬੀ ਚੇਂਜਡ। ਰੁੜੇ ਜਾਂਦੇ ਨੂੰ ਉਹ ਕੌਣ ਕਰੇਗਾ? ਯਾਦ ਰੱਖੋ ਦੈਟ ਵੀ ਨੋ ਚੇਂਜ, ਨੋ ਟਰਨਿੰਗ ਪੁਆਇੰਟ, ਟਰਨਿੰਗ ਪੁਆਇੰਟ ਕਿਤੇ ਲਿਆਉਣੀ ਪੈਗੀ। ਯੂ ਹੈਵ ਟੂ ਬ੍ਰੇਕ ਦਿਸ ਵਿਸ਼ੇਸ਼ ਸਰਕਲ ਸਮਵੇਅਰ, ਐਂਡ ਹੂ ਇਜ਼ ਟੂ, ਯੂ ਕਾਂਟ ਡੂ ਇਟ ਯੂਰਸੈਲਫ, ਤੁਸੀਂ ਆਪ ਕਰ ਸਕਦੇ ਜੋ ਤੁਸੀਂ ਰੁੜੇ ਜਾਂਦੇ ਹੋ। ਉਹ ਤਾਂ ਗੁਰੂ ਇਹਨਾਂ ਨਾਲ ਇਹ ਨਹੀਂ ਨਹੀਂ ਉਹ ਪਾਣੀ ਤਾਂ ਰੁੜਿਆ ਜਾ ਰਿਹਾ, ਰਿਐਲਿਟੀ ਇਜ਼ ਅ ਫੈਕਟ, ਸਾਰੇ ਰੋੜੇ ਜਾ ਰਹੇ ਹੈ, ਅੰਧਾ ਧੁੰਦ ਰੋੜੇ ਜਾ ਰਹੇ ਹੈ। ਤੇ ਬਚਾਓ ਕੀ ਹੈ? ਬਚਾਓ ਹੀ ਹੈ ਬਾਣੀ ਅਨੁਸਾਰ ਆਪਣੇ ਜੀਵਨ ਪਹਿ ਜਾ, ਕੋਈ ਤੁਹਾਨੂੰ ਮਾੜੇ ਚਪੇੜ ਤੇ ਮੂੰਹ ਦੂਜੇ ਪਾਸੇ ਕਰ ਦੇਵੇ, ਚੇਪਾ ਲੈ ਕੇ ਮੂਹਰੇ ਮਾਰ ਦੇਵੇ ਤੇ ਪਾਣੀ ਨੇ ਰੋਡ ਬਦਲ ਦੇਵੇ, ਕੋਈ ਰੋਡ ਰੋਡ ਬਦਲ ਦੇਵੇ, ਤੇ ਯੂ ਹੈਵ ਟੂ ਦੈਨ ਯੂ ਹੈਵ ਟੂ ਰੀਸਟਾਰਟ ਇਟ, ਰੀਸਟਾਰਟ ਦਾ ਲਾਈਫ। ਤੇ ਫਿਰ ਕੀ ਹੋ ਗਿਆ? ਫਿਰ ਇਹ ਜੀ ਹੁਣ ਪੈੜੀ ਪਰਸਨੈਲਿਟੀ ਬਣੀ ਹੈ, ਫਿਰ ਰਿਚ ਪਰਸਨੈਲਿਟੀ ਪਰ ਅੰਡਰ ਦਾ ਗਾਈਡੈਂਸ ਆਫ ਮਹਾਂਪੁਰਖ, ਕੁਛ ਜੀਵਨ ਵਾਲਾ ਪਰਸਨੈਲਿਟੀ ਵਾਲੇ ਦੀ ਗਾਈਡੈਂਸ ਵਿੱਚ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਮੋੜਾ ਵੀ ਦੇ ਸਕਦੇ ਹੋ, ਤੇ ਫਿਰ ਉਸ ਨੂੰ ਫਿਰ ਨਵੇਂ ਸਿਰੇ ਨਵੀਂ ਪਰਸਨੈਲਿਟੀ ਬਣਾ ਸਕਦੇ। ਸੰਗਤ ਸੰਗਤ ਬਗੈਰ ਨਹੀਂ ਹੋ ਸਕਦਾ, ਆਪਣੇ ਆਪ ਤਾਂ ਰੁੜੀ ਜਾ ਰਹੇ ਨੇ, ਬਾਵਜੂਦ ਸਭ ਕੁਛ ਜਾਣਦੇ ਬੁੱਝਦੇ ਫਿਰ ਰੁੜੀ ਜਾ ਰਹੇ ਨੇ। ਦੈਟ ਇਜ਼ ਦ ਆਇਰਨੀ, ਕਿਤਾਬਾਂ ਪੜ੍ਹੀ ਜਾਂਦੇ ਹਾਂ ਗੁਰਦਿਆਂ ਜਾਂਦੇ ਹਾਂ, ਬਹੁਤ ਕੁਛ ਸੁਣਦੇ ਸੁਣਾ ਕੇ ਫਿਰ ਵੀ ਰੁੜੀ ਜਾਂਦੇ, ਰੁੜੀ ਜਾਂਦੇ। ਹਾਂਜੀ ਇਹ ਤਾਂ ਇਹ ਮੈਂ ਗੱਲ ਕਰਿਆ ਤਿੰਨਾਂ ਗੁਣਾਂ ਦੀ, ਹੁਣ ਤੇ ਗੱਲ ਕੀਤੀ ਤਿੰਨਾਂ ਗੁਣਾਂ ਦੀ, ਆਉਂਦੀ ਆਉਂਦੇ ਦਾਇਰੇ ਦੀ ਕਿ ਤੂੰ ਪਰੇ ਹੋਰ ਦੁਨੀਆਂ ਹੈਗੀ।